ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ ਜੀ ਸਾਰਿਆਂ ਦਾ। ਹੋਪ ਕਰਦਾ ਤੁਸੀਂ ਸਾਰੇ ਜਾਣੇ ਠੀਕ ਹੋਗੇ। ਸੋ ਅੱਜ ਦੀ ਵਲੌਗ ਦੀ ਸਟਾਰਟਿੰਗ ਆਪਾਂ ਕਰ ਰਹੇ ਹਾਂ ਜੀ ਆਪਣੇ ਗਰਾਜ 'ਚੋਂ, ਗਰਾਜ ਹੀ ਕਹਿੰਦੇ ਹਾਂ ਜੀ ਆਪਾਂ ਤਾਂ। ਅਤੇ ਇੱਥੇ ਆਪਾਂ ਖੜਾਇਆ ਆਪਣਾ ਨੁੱਕਰਾ, ਲੱਗੇ ਹਾਂ ਜੀ ਦੀ ਸ਼ੈਲਫ ਮਾਰਨ, ਜਿਹਨੂੰ ਕਰਾਂਗੇ ਕੋਲਡ ਸਟਾਰਟ। ਅੱਜ ਟੁੱਟਣੀ ਹੈ ਜੀ ਗੋਭੀ ਪਰਲੇ ਖੇਤਾਂ 'ਚੋਂ। ਸੋ ਟਰਾਲੀ ਲਾ ਕੇ ਆਉਣੀ ਆ ਉੱਪਰ, ਫਿਰ ਆਪਾਂ ਚੱਲਦੇ ਹਾਂ ਜੀ ਟਰਾਲੀ ਲਾਉਣ। ਕੋਈ ਗੱਲ ਨਹੀਂ, ਲੋ ਵੀ ਮੁੰਡਿਓ ਕਰੀਏ ਪ੍ਰਧਾਨ ਨੂੰ ਸਟਾਰਟ ਆਪਾਂ। ਲੋ ਜੀ ਬਾਬਿਓ, ਟਰੈਕਟਰ ਹੋ ਗਿਆ ਆਪਣਾ ਗਰਮ। ਉਹ ਪਏ ਜੀ ਆਪਣੇ ਟਿੱਲਰ ਜਿੰਦਰਾ ਆਇਆ ਜੀ ਹੈਰੋਂ, ਇਹ ਦੂਜੀ ਟਰਾਲੀ ਹੈ ਅਤੇ ਇੱਕ ਟਰਾਲੀ ਆਪਣੀ ਬਾਹਰ ਖਲੋਤੀ ਹੈ। ਚਾਬੀ ਆਪਣੇ ਭਈਏ ਕੋਲ ਹੈ, ਪਤਾ ਨਹੀਂ ਕਿੱਥੇ ਰਹਿ ਗਿਆ ਮਾਮਾ, ਆਇਆ ਨਹੀਂ ਹਜੇ ਤੱਕ। ਚਲੋ ਜੀ ਮੈਂ ਟਰੈਕਟਰ ਬਾਹਰ ਕੱਢ ਲਾਂ, ਟਰਾਲੀ ਪਾ ਲਾਂ, ਫਿਰ ਤੁਹਾਨੂੰ ਮਿਲਦਾ। ਹਾਂਜੀ ਬਾਬਿਓ, ਸੋ ਮੈਂ ਟਰਾਲੀ ਕੱਢ ਗਿਆ ਸੀ ਉਦੋਂ ਜਦੋਂ ਤੁਹਾਨੂੰ ਲਾਸਟ ਕਲਿੱਪ 'ਚ ਤੁਸੀਂ ਦੇਖਿਆ ਹੋਣਾ, ਮੈਂ ਆ ਰਿਹਾ ਸੀ ਟਰਾਲੀ ਪਾ ਕੇ। ਹੁਣ ਮੈਂ ਟਰਾਲੀ ਇੱਥੇ ਕੱਢ ਕੇ ਚਲਿਆ ਗਿਆ ਸੀ, ਆ ਤੁਸੀਂ ਦੇਖ ਸਕਦੇ ਹੋ, ਅਤੇ ਫਿਰ ਵਾਪਸ ਆਇਆ ਕਿਉਂਕਿ ਹੁਣ ਟਰਾਲੀ ਲਗਭਗ ਹੋ ਹੀ ਗਈ ਹੈ ਲੋਡ। ਇਹ ਆਪਾਂ ਹਾਲੇ ਖੁੱਲ੍ਹੀ ਗੋਭੀ ਭਰ ਰਹੇ ਹਾਂ ਸਾਰੀ, ਉਸ ਤੋਂ ਬਾਅਦ ਸਾਰੀ ਪਰਲੀ ਮੋਟਰ 'ਤੇ ਲਿਜਾ ਕੇ ਥੈਲੀਆਂ 'ਚ ਪੈਕ ਕਰਾਂਗੇ। ਇਹ ਆਪਣਾ ਗੋਭੀ ਵਾਲਾ ਥਾਂ ਹੈ, ਜਿਨ੍ਹਾਂ ਨੇ ਪਿਛਲੇ ਵਲੌਗ ਦੇਖੇ ਉਹਨਾਂ ਨੂੰ ਪਤਾ ਹੈ ਕਿ ਹਾਂ ਵੀ ਇੱਧਰ ਗੋਭੀ ਔਰ ਗਾਜਰ ਲੱਗੀ ਸੀ। ਗਾਜਰ ਬਾਈ ਨਾ ਮਾਤਰ ਹੀ ਹੈ, ਕਿਤੇ ਕਿਤੇ ਆ ਟਾਵੀਂ ਟਾਵੀਂ, ਇਹ ਮੀਂਹ ਦਾ ਕਾਰਨ ਸਾਰਾ, ਗਾਜਰ ਖਰਾਬ ਹੋਣ ਦਾ ਜਿਹੜਾ ਕਾਰਨ ਹੈ ਮੇਨ ਬਾਰਿਸ਼ ਸੀਗੀ, ਕਿਉਂਕਿ ਬਾਰਿਸ਼ ਐਰਕੀ ਬਹੁਤ ਹੋਈਆਂ, ਸਬਜ਼ੀ ਘੱਟ ਜੰਮੀ ਆ। ਸੋ ਇਹ ਸਾਰੀ ਗੋਭੀ ਹੀ, ਗੋਭੀ ਲਗਭਗ ਹੁਣ ਸੋਚ ਰਹੇ ਹਾਂ ਕਿ 10-15 ਦਿਨਾਂ 'ਚ ਖਤਮ ਹੋ ਜਾਏਗੀ। ਇਹ ਆਪਾਂ ਐਵੇਂ ਖੁੱਲ੍ਹੀ ਭਰ ਲਈ ਹੈ ਬਾਈ, 14-17 ਟਰਾਲੀ ਹੈ ਜੀ, ਇਹ ਭਰੀ ਹੋਈ ਹੈ ਸਿੰਗਲ ਟਾਇਰਾ। ਇੰਨਾ ਵਜ਼ਨ ਨਹੀਂ ਹੈਗਾ, ਥੋੜ੍ਹਾ ਹੀ ਵਜ਼ਨ ਹੈ, ਕਿਤੇ ਸੋਚੀ ਜਾਓ ਐਂ ਮਰ ਜਾਂਦਾ ਬੋਲ। ਹਾਂਜੀ ਬਾਬਿਓ, 5:30 ਹੋ ਗਿਆ, ਗੋਭੀ ਸਾਰੀ ਟੁੱਟ ਗਈ ਹੈ, ਬਸ ਲੋਡ ਹੋ ਰਹੀ ਹੈ। ਆਪਣਾ ਸੀਰੀ ਹੈ ਜਿਹੜਾ, ਇਹ ਲਿਆ ਰਿਹਾ ਰਾਹੁਲ, ਇਹਦਾ ਨਾਮ, ਇਹ ਲਿਆ ਰਿਹਾ ਜੀ ਹੁਣ ਸਾਰੀ ਗੋਭੀ। ਇਹ ਬਾਈ ਟਰਾਲੀ ਨਾ ਪੱਤਿਆਂ ਵਾਲੀ ਲੋਡ ਹੋ ਗਈ, ਗੋਭੀ ਇਹਦੇ 'ਚ ਘੱਟ ਹੈ ਹਲੇ। ਰਾਹੁਲ ਹੱਸਦਾ ਆਉਂਦਾ, ਰਾਹੁਲ ਕਿਆ ਹੋ ਗਿਆ, ਕਿਆ ਹੋ ਗਿਆ, ਹੈਂ ਕਿਆ ਹੋ ਗਿਆ। ਹਾਂ ਹਰਮਨ, ਹਰਮਨ ਉੱਧਰ ਗਿਆ ਚੁਕੰਦਰ ਵੱਲ, ਲੈ ਜੀ ਬਾਬੇ। ਇਹ ਹੱਸਦਾ ਰਹਿੰਦਾ ਸਾਰਾ ਦਿਨ, ਐ ਤੇਰੇ ਤੇਰਾ ਸਟਾਈਲ, ਦੌੜ 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 ਫਟਾਫਟ ਟਾਈਮ ਨਾਲ ਆ। ਲਓ ਵੀ, ਸੋ ਇਹਦੇ 'ਚ ਜਿਹੜੀ ਤੁਹਾਨੂੰ ਟਰਾਲੀ ਭਰੀ ਦਿਖ ਰਹੀ ਹੈ ਨਾ ਗੋਭੀ ਦੀ, ਇਹਦੇ 'ਚੋਂ ਪੱਤੇ ਜਦੋਂ ਨਿਕਲ ਗਏ ਨਾ ਫਿਰ ਤੁਸੀਂ ਗਿਣੇ ਹੋ, ਇਹ ਅੱਧੀ ਵੀ ਨਹੀਂ ਭਰਨੀ, ਇੱਥੇ ਤੱਕ ਰਹਿ ਜਾਣੀ ਬਸ। ਸੋ ਜੀ ਉਹ ਆਲੂ ਲੱਗੇ ਹੋਏ ਬਾਈ ਆਪਣੇ, ਜਿਹੜੇ ਵੀਰ ਪਹਿਲਾਂ ਜਾਣਦੇ ਆ ਉਹਨਾਂ ਨੂੰ ਪਤਾ ਵੀ ਆਲੂ ਵੀ ਲਾਏ ਹੋਏ ਆਪਾਂ, ਠੀਕ ਹੈ, ਪੁਰਾਣੇ ਵਲੌਗ ਤੋਂ ਜਿਹੜੇ ਜਾਣਦੇ ਆ। ਆਲੂ ਆਪਾਂ ਲਾਏ ਸੀ ਘੱਟ, ਕਿਉਂਕਿ ਆਪਣਾ ਫਸਟ ਟਾਈਮ ਟਰਾਇਲ ਸੀਗਾ, ਅਸੀਂ ਜ਼ਿਆਦਾ ਰਿਸਕ ਲਿਆ ਨਹੀਂ, ਕਿਉਂਕਿ ਜਿਹੜੀ ਚੀਜ਼ ਦਾ ਪਤਾ ਨਾ ਹੋਵੇ ਉਹ ਫਿਰ ਥੋੜ੍ਹੀ ਥੋੜ੍ਹੀ ਵਧਾਉਣੀ ਚਾਹੀਦੀ ਆ, ਵੱਡੇ ਪੱਧਰ 'ਤੇ ਨਹੀਂ ਕਰ ਸਕਦੇ। ਅਤੇ ਆਲੂ ਆਪਾਂ ਲਾਏ ਸੀ 6 ਕਨਾਲ, ਅਤੇ ਉਹ ਜਗ੍ਹਾ ਕਿਸੇ ਦੀ ਹੈ ਬਾਈ, ਉਹ ਆਪਣੀ ਨਹੀਂ ਹੈਗੀ, ਵੱਟ ਤੋਂ ਬਾਹਰ ਆਪਣੇ, ਉਹ ਕਿਸੇ ਨੇ ਲਈ ਹੋਈ ਹੈ, ਮਤਲਬ ਹੈ ਇੱਕ ਹੀ ਪਲਾਟ ਆ ਇਹ, ਮਤਲਬ ਇੱਕ 10 ਕਨਾਲ ਦਾ, ਪਰ ਉਹ ਕਿਸੇ ਹੋਰ ਨੇ ਲਈ ਆ। ਅਤੇ ਆਪਣੇ ਆਪਣੇ ਤਰੀਕੇ ਆ ਬਾਈ, ਉਹਨੇ ਪਹਿਲਾਂ ਦੇਸੀ ਰੇਹ ਪਾ ਕੇ ਆਪਣਾ ਉਹਦੇ ਉੱਪਰ ਪਾਣੀ ਛੱਡਤਾ, ਹਾਲਾਂਕਿ ਸੁੱਕ ਗਿਆ ਸੀ, ਅਤੇ ਤਵੀਆਂ ਦੀ ਪਾੜ ਮਾਰਦਾ ਫਿਰ ਲਾਉਂਦਾ ਪਾਣੀ, ਤਾਂ ਸੋਹਣੀ ਗੱਲ ਬਣੀ ਸੀ। ਪਰ ਚਲੋ ਹਰ ਇੱਕ ਦਾ ਆਪਣਾ ਆਪਣਾ ਮੋਟਿਵ ਹੁੰਦਾ, ਤਰੀਕਾ ਹੁੰਦਾ ਗਾ ਖੇਤੀ ਕਰਨ ਦਾ। ਸੋ ਜੀ ਇਹ ਆਪਣੀਆਂ ਗਾਜਰਾਂ, ਗਾਜਰਾਂ ਦੇ ਅੰਦਰ ਸਾਗ ਹੈ, ਔਰ ਸਾਗ ਦੇ ਨਾਲ ਨਾਲ ਬੂਟੀ ਵੀ ਬਹੁਤ ਹੈ ਇਹਦੀ ਬਾਈ। ਅਸੀਂ ਕੇਅਰ ਤਾਂ ਨਹੀਂ ਕੀਤੀ, ਮਤਲਬ ਇਹਦੀ ਗੜਾਈਆਂ ਗੜੂਈਆਂ ਘੱਟ ਹੀ ਕਰਾਈਆਂ, ਕਿਉਂਕਿ ਸਾਨੂੰ ਨਾ ਇੰਨੀ ਉਮੀਦ ਹੈ ਨਹੀਂ ਸੀ ਗਾਜਰਾਂ ਦੀ, ਅਤੇ ਕੀ ਉਗ ਜਾਣਗੀਆਂ, ਘੱਟ ਹੀ ਬੀਜ ਸੀ, ਮਤਲਬ ਬੀਜ ਜਿਹੜਾ ਜੰਮਿਆ ਸੀ ਉਹ ਘੱਟ ਜੰਮੇ ਸੀ, ਇਸ ਕਰਕੇ ਅਸੀਂ ਨਾ ਇੱਥੇ ਕੁਛ ਜ਼ਿਆਦਾ ਕੀਤਾ ਨਹੀਂ, ਤਾਂ ਹੀ ਟਰਾਲੀ ਵਾੜਤੀ ਇਹਦੀ। ਨਹੀਂ ਬਾਈ, ਕਿਹੜਾ ਜ਼ਿਮੀਂਦਾਰ ਆਪਣੀ ਫਸਲ ਬੀਜ ਕੇ ਫਿਰ ਉਹ 'ਚੋਂ ਦੀ ਟਰਾਲੀ ਕੱਢ ਲਏ, ਅਤੇ ਮਜਬੂਰੀ ਸੀ ਕਿਉਂਕਿ ਰੋਡ 'ਤੇ ਆਪਾਂ ਲਾ ਨਹੀਂ ਸਕਦੇ, ਸਿੰਗਲ ਰੋਡ ਆ ਅਤੇ 2 ਪਿੰਡ ਹੈ, ਅਤੇ ਤਾਂ ਕਰਕੇ ਲਿੰਕ ਰੋਡ ਹੋਣ ਕਰਕੇ ਨਾ ਤਾਂ ਕਾਫੀ ਜ਼ਿਆਦਾ ਟਰਾਲੀਆਂ ਟਰੂਲੀਆਂ ਆਉਂਦੀਆਂ। ਅਤੇ ਬਾਈ ਆਹ ਦੇਖੋ ਡੰਗਰਾਂ ਦਾ ਹਾਲ, ਅਗਲਿਆਂ ਨੇ ਬੂਟਾ ਹੀ ਭੰਨ ਛੱਡਿਆ। ਸੋ ਠੀਕ ਹੈ ਜੀ,
फिर थोड़ी देर च मिलदा थोनू, जो ट्राली पा के चलना, लास्ट भी कहा ट्राली पा के चला, पर मैनू नहीं पता इन्ना टाइम लग जाएगा। चलो जो चलेंगे फिर थोनू मिलते हैं सीधा ट्राली पा के। हाँ जी मित्रों की हाल चाल है जी, अज है जी दूसरा दिन, कल गोभी तोड़ते काफ़ी लेट हो गए थे, उस तो बाद ट्राली पा के इधर लिया के तोड़वा के रात को 2:30 बजे मंडी छड के फिर सो के हूँ उठ के हूँ थोनू मिल रहा हाँ। तो बैठे ही मैं ट्रैक्टर पर हाँ, क्योंकि हुणे मैं घरों आया सीगा, थोड़ी देर हुई है, तो मैं ट्राली पिछे कढ़ आया परली साइड, वो जो बैक साइड एरिया अपना, इस साइड ट्राली लगती है अपनी। सो ट्रैक्टर इतने खड़ा के मैं वो सामने सफाई जी करा रहे थोड़ी, उधर लग्या है राहुल सफाई करन च, ते पट्टू ने छांगता सारा अद्धे पौने घंटे जी। बाबे कल वीडियो जिहड़ी सीगी वो कंटिन्यू हो ही नहीं पाई, क्योंकि कल नेरा काफ़ी हो गया सीगा, फिर छेती छेती आप ट्राली पा के इधर लिया, इधर लिया के पैकिंग पुकिंग की, फिर जाके कितने रात को मंडी घेरी, क्योंकि टाइम लग जाता जी। देखो चलो कोई भी काम है टाइम आप लगता ही है, तो अज अपना छोटा जहा काम यही है कि आपने वो सामने जी झूंड जे जिन्हें भी है जड़ी बूटियाँ ये सारिया अज कर देनिया जी साफ, क्योंकि वह बरसेन बीजे ना जिते जी, बरसेन के उपरों की नील गैं टप के तार तोड़ के वड़ जाए कणक खादी जी, इस करके आपू साफ करा के हूँ तार लवावे इतने। सो अज का तो दिन अपना कोई खास है नहीं, वैसे देखा जाए आ जगह तैयार करनी है गोभी वास्ते, तो ये जो तैयार करा फिर थोड़ा दिखावे। फिलहाल आप इस ब्लॉग का करते हैं जी अज एंड, क्योंकि फिर उ गल बोर करने वाली गल आप करनी नहीं हैगी, जो इंट्रस्टिंग चीज़ है वो जी दस वो ही तुम दिखावे, तो अगे देखा कुछ ना कुछ। हूँ यह है जी आ रूफ आप इनू ग्रीन ग्रास लावे रूफ पर, और हाँ एक छोटा चेंजिस थोड़ा दस दा भी आ बेस रिमोट लाता मैं, क्योंकि कई बार ना गाण की बेस नजायज़ हो जाती है, फिर बई बहुत औखा होंगे। एक मैं छोटा जहा री क्लिप पावगा, वैसे मैं रील पाई है वो ठीक है जी, तो तुम इंस्टाग्राम पर जाके चैक कर सकते हो, यूजर ने मारे तुम फॉलो कर लो, नवी नवी रील मैं पाँदा रहना हूं, तो थोनू मैं दिखा भी ये जो मैं सबवूफर लाए आ, कई बइया ने मैं मैसेज आए थे कि बई यह जहाँ की खास है इन्होंने सबवूफर जेडे तू पाइनियर सोनी जे बी एल या रॉकफोर्ड पी टू वर्गे सबवूफर छड के इन वल भजया, बई जी चक्कर पता की है इन्हों की फ्लैक्स बहुत सोहनी है, फ्लैक्स जोड़ा उपर थले हों ना जो ये ना पता लगता बेस वजी का, इतने मेरे दो बूफर लगे हैं बई, वो जिते गड्डी खड़ी है वो छोटी जी रस्ते दिख रही होनी थोड़ा लाइट जिधरों की बंदा निकलिया क्रॉस किया उन्हें, बई उत्थे तक तो ना प्रोपर महसूस दी है बेस पूरी प्रोपर है कि कितने कुछ भी खड़क रहा है पता लगता भी, बाकी रही गल बई जी कि दूर सुनती है वह तो बई हूँ जिन्हें सुननी है वह कोल आ जाए, मेरे मूँ खड़ा के सुना सकता ठीक है जी, 15-20 किलों की वाट से तो अं पता लगता ट्रैक्टर चलते भी चल रहा कि डैक न ही ठीक है जी, वैसे तो अपना जे डी साइलेंट है बहुत आ ठीक है जी, तो ये साइलेंट होने करके फिर पता यदा डैक न ही लगता बई भी ये चल रहा कि, बस इस करके अपने हूँ दो वूफर ही लाए चार नहीं लाए, क्योंकि सलाह अपनी चार दी सी बाद ची रोकता कम, क्योंकि चार बाद चला देंगे, क्योंकि एडा हाले देखा जाए तो भाई लोड है नहीं, बहुत बेस आ इन्नी नहीं सुनी जाती आ, एक रिमोट होने लग गया जे चार वूफर लाते फिर एक रिमोट होर लग जूगा जी ठीक है जी, दो रिमोट लग जाने अपने। सो करते हैं जी ब्लॉग का आप इतों एंड, मिलेंगे जी फिर कभी अगले ब्लॉग च, अगे आप थान तैयार करना गोभी लानी है खासा कम, उस टाइम आप फिर थोनू दिखावे जो जो बनूगा। अरे मेरे वीर अपना प्यार बनाए रखियो जी, चैनल नू सबसक्राइब कर दियो, वीडियो शेयर कर दिया करो, लाइक कर दिया करो, कमेंट कर दिया करो, जे बई किसी कोई चीज़ नहीं भी वधिया लगती डिसलाइक करके कमेंट जरूर कर दिया करो ठीक है जी, बाकी वीर वो थोड़े जे लोग परे रहन जिहड़े ट्रैक्टर पिछे लड़न आ जाते हैं, बई जी मैं उन्हां जी वो कैटागरी चो नहीं हैगा जिहड़ा जिदी जावां तुहाडे नाल, मेरा कुछ नहीं जाना, मैं ब्लॉक मार के पासे कर देना जी ठीक है जी, ਇਹ ਹੈ ਵੀ ਨਾਲ ਬਣੇ ਰਹੋਗੇ ਚਾਹੇ ਲਾਈਕ ਭਾਵਾਂ ਨਾ ਕਰਿਓ ਕਮੈਂਟ ਨਾ ਕਰਿਓ ਡਿਸਲਾਈਕ ਕਰਕੇ ਹੀ ਜਾਇਆ ਕਰਿਓ ਠੀਕ ਹੈ, ਇਹ ਨਾਲ ਜੁੜੇ ਰਹੋ ਤਾਂ ਕਿ ਤੁਹਾਨੂੰ ਵੀ ਜਿਹੜੀ ਮੈਂ ਕੰਮ ਕਰਦਾ ਉਹਦੀ ਨੌਲੇਜ ਮਿਲਦੀ ਰਿਹਾ ਕਰੇ ਠੀਕ ਹੈ ਵੀਰ, ਇਹ ਤਾਂ ਹਲੇ ਬੇਸਿਕ ਕੰਮ ਮੈਂ ਟਰੈਕਟਰ ਦੇ ਅੰਦਰ ਕੀਤੇ ਆ, ਕਾਫੀ ਮੋਡੀਫਿਕੇਸ਼ਨਸ ਕਰਨੀਆਂ ਹੈ ਠੀਕ ਹੈ, ਇਲੈਕਟ੍ਰੀਕਲ ਦੀ ਜਿੰਨੀ ਮੋਡੀਫਿਕੇਸ਼ਨ ਹੁੰਦੀ ਹੈ ਬਾਈ ਅਸੀਂ ਬਹੁਤ ਤਰੀਕੇ ਨਾਲ ਕਰਦੇ ਆ, ਨਾਲੇ ਤੁਹਾਨੂੰ ਸਾਰਾ ਅਗਲੇ ਵਾਲੇ ਵਲੌਗਾਂ 'ਚ ਨਾ ਸਿੱਖਣ ਨੂੰ ਮਿਲੂਗਾ, ਹੁਣ ਦੀ ਵਾਰੀ ਆਪਾਂ ਕੀ ਕਰਨਾ ਜਦ ਵੀ ਰਵੀ ਕੋਲ ਜਾਣਾ ਵਾ ਤੇ ਵਿੱਕੀ ਕਾਰ ਕਲੱਬ ਵਾਲੇ ਕੋਲ, ਆਪਾਂ ਫਿਰ ਉੱਥੋਂ ਹੀ ਵਲੌਗ ਸਟਾਰਟ ਕਰ ਲਿਆ ਕਰਨਾ ਬਾਈ, ਬੜੇ ਬੰਦਿਆਂ ਦੇ ਇਸ ਚੀਜ਼ 'ਤੇ ਨਾ ਮਤਲਬ ਇੰਸਟਾਗ੍ਰਾਮ 'ਤੇ DM ਆਈਆਂ ਕਿ ਬਾਈ ਤੁਸੀਂ ਸਾਰਾ ਸਿਸਟਮ ਲਾਇਆ ਤੁਸੀਂ ਦੱਸਿਆ ਨਹੀਂ ਵੀ ਕਿੱਦਾਂ ਲਾਇਆ, ਬਾਈ ਜੀ ਇਹਦੇ 'ਚ ਲੁਕੋ ਵਾਲੀ ਕੋਈ ਗੱਲ ਨਹੀਂ ਹੈਗੀ, ਮੈਨੂੰ ਜਿੰਨੇ ਵੀ DM ਕੀਤੀ ਹੈ ਇੰਸਟਾਗ੍ਰਾਮ 'ਤੇ ਮੈਂ ਸਾਰੀ ਡਿਟੇਲ ਦਿੱਤੀ ਹੈ, ਮੈਂ ਕਿਹੜਾ ਕਿਹੜਾ ਸਮਾਨ ਲਾਇਆ, ਕਿੱਥੋਂ ਲਿਆ, ਕਿੱਦਾਂ ਕੀਤਾ, ਕਿੱਦਾਂ ਨਹੀਂ ਕੀਤਾ, ਸੋ ਇਹ ਚੀਜ਼ ਤੁਹਾਨੂੰ ਸਾਰੀ ਦੱਸੀ ਹੋਈ ਹੈ ਬਾਈ ਮੈਂ ਠੀਕ ਹੈ ਜੀ, ਸੋ ਇਹਦੇ 'ਚ ਕੋਈ ਲੁਕੋ ਰੱਖਣਾ ਮੈਨੂੰ ਕੋਈ ਉਹ ਨਹੀਂ ਹੈ, ਅਤੇ ਹਾਂ ਬਾਈ ਇੱਕ ਤਾਰ ਦੇ ਬੜੇ ਕਮੈਂਟ ਆਉਂਦੇ ਸੀ ਕਿ ਬਾਈ ਤੂੰ ਕਿਹਾ ਸੀ ਤਾਰ ਬਹੁਤ ਹੈਵੀ ਪਾਈ ਆ, ਆਹ ਦੇਖ ਲਓ ਬਾਈ
ਆਹ ਦੋ ਤਾਰਾਂ ਵਾ ਜੀ। ਹੁਣ ਤੁਸੀਂ ਸਾਈਜ਼ ਗੈਸ ਕਰ ਸਕਦੇ ਹੋ ਵੀ ਇਹਦਾ ਕਿੰਨੀ ਮੋਟੀ ਤਾਰ ਹੈ ਇਹ, ਠੀਕ ਹੈ ਜੀ। ਇਹ 3 amp ਚਲਾ ਰਹੀ ਹੈ ਇਸ ਟਾਈਮ, ਅਤੇ ਮਜ਼ਾਲ ਆ ਵੀ ਜੇ ਕਲਿੱਪ ਔਨ ਹੋ ਜਾਵੇ ਕਿਤੇ ਕਰੰਟ, ਲੋੜ ਹੀ ਨਹੀਂ ਪੈਂਦੀ ਇਹਦੇ, ਬਹੁਤ ਵਧੀਆ ਸਿਸਟਮ ਚੱਲ ਰਿਹਾ ਆਪਣਾ। ਚਲੋ ਜੀ ਠੀਕ ਹੈ, ਫਿਰ ਵੀਡੀਓ ਹੋਈ ਜਾਂਦੀ ਹੈ ਲੰਬੀ, ਫਿਰ ਮਿਲਾਂਗੇ ਕਿਸੇ ਅਗਲੀ ਵੀਡੀਓ 'ਚ ਜਲਦ ਹੀ, ਹੋਪ ਕਰਦਾ ਜਲਦੀ ਜਲਦੀ ਵੀਡੀਓ ਲੈ ਆ ਕਰਾਂ। ਹੁਣ ਮੈਂ ਨਾ ਇੱਕ ਬਣਾ ਰਿਹਾ ਵਾਂ, ਕਹਿੰਦੇ ਪੀਤੇ ਲੱਥ ਵਾਲੀ ਗੱਲ ਹੈ ਵੀ ਹੁਣ ਮੇਰਾ ਟੀਚਾ ਇਹੀ ਹੈ ਕਿ ਮੈਂ ਵੈਸੇ ਕਿਸੇ ਨੂੰ ਤੰਗ ਤਾਂ ਨਹੀਂ ਕਰਨਾ ਬਾਈ, ਪਰ ਮੈਂ ਟੀਚਾ ਇਹ ਬਣਾ ਲਿਆ ਕਿ ਹੁਣ ਜਦੋਂ ਵੀ ਕੋਈ ਕੰਮ ਕਰਨਾ ਤਾਂ ਆਪਾਂ ਵੀਡੀਓ ਜ਼ਰੂਰ ਬਣਾ ਲਿਆ ਕਰਨੀ ਬਾਈ ਨਾਲ ਦੇ ਨਾਲ। ਬੜੀ ਮਤਲਬ ਇਸ ਚੀਜ਼ ਦੀ ਮੈਨੂੰ ਨਾ ਰਹੀ ਫੀਲ ਹੋਇਆ ਕਿ ਇੰਨੇ ਕੰਮ ਆਪਾਂ ਕੀਤੇ, ਖਾਸੇ ਖੇਤ ਤਿਆਰ ਕੀਤੇ, ਕਣਕ ਬੀਜਤੀ, ਠੀਕ ਹੈ ਜੀ। ਉਸ ਟਾਈਮ ਟਰੈਕਟਰ ਦਾ ਕਹਿੰਦੇ ਸੀ, ਬੜੇ ਬੰਦਿਆਂ ਦੇ ਮੈਸੇਜ ਆਏ ਵੀ ਪਰਫੋਰਮੈਂਸ ਦਿਖਾ ਦਿਉ, ਉਹ ਟਾਈਮ ਹੈਗਾ ਸੀ ਪਰਫੋਰਮੈਂਸ ਦਿਖਾਉਣ ਦਾ, ਕਿਉਂਕਿ ਉਦੋਂ ਆਪਣੇ ਕੋਲ ਟਾਈਮ ਸੀ ਔਰ ਕਿੱਲੇ ਵੀ ਕਾਫੀ ਸੀ ਵਾਹੁਣ ਵਾਲੇ, 8-10 ਕਿੱਲਿਆਂ ਦੀ ਕਣਕ ਬੀਜੀ ਆਪਾਂ, ਅਤੇ ਫਿਰ ਕਰ ਸਕਦੇ ਸੀ, ਪਰ ਆਪਾਂ ਉਹੀ ਆਲਸ ਨੇ ਮਾਰਤਾ ਸਾਨੂੰ। ਚਲੋ ਠੀਕ ਹੈ ਜੀ, ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ ਜੀ, ਅੱਜ ਵਾਸਤੇ ਇੰਨਾ ਹੀ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਆਪਣਾ ਪਿਆਰ ਬਣਾਏ ਰੱਖਿਓ ਜੀ। ਫਿਰ ਤੋਂ ਕਹਿੰਦੇ ਹਾਂ, ਵਾਰ ਵਾਰ ਅਨਾਊਂਸ ਕਰਦੇ ਹਾਂ ਬਾਈ, ਤੁਹਾਡਾ ਪਿਆਰ ਹੈ ਤਾਂ ਬਾਈ ਸਭ ਕੁਝ ਆ, ਤੁਹਾਡਾ ਪਿਆਰ ਨਹੀਂ ਹੈ ਤਾਂ ਕੁਝ ਵੀ ਨਹੀਂ ਹੈ ਜੀ। ਚਲੋ ਠੀਕ ਹੈ ਜੀ, ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ।